कैप्टन सरकार वालों अपने वादियां नूं पूरा करदिया 12वीं जमात के विद्यार्थियों नूं स्मार्टफोन वंडे जा रहे हैं। इसे तहत अज होशियारपुर विच डीसी दफ्तर विखे कैबिनेट मंत्री सुंदर शाम अरोड़ा वालों पहुंचकर स्मार्टफोन विद्यार्थियों नूं वंडे गए। इस मौके पत्रकारां नाल गलबात करदिया सुंदर शाम अरोड़ा ने कहा है कि सरकार वालों पूरे जिले विच हुण तक 10,584 मोबाइल फोन वंडे जाने सन, जिन्हां विचों 10,450 स्मार्टफोन वंड दिते गए हन अते बाकी जो बचे हन ओह भी जल्द ही वंड दिते जाणगे। नाल ही उन्हां कहा है कि कुछ अध्यापकां वालों होर फोनां दी मंग कीती गई है जो जल्द ही उन्हां नूं मुहैया करवा दिते जाणगे। उन्हां नाल कहा है कि सरकार ने जो वादे लोकां नाल कीते सन ओह पूरे कीते हन अते इसे तरह अगे भी सरकार लोकां दा साथ दिंदी रहेगी। ਸਾਡੇ ਜ਼ਿਲ੍ਹੇ ਦੇ ਟੋਟਲ ਫੋਨ 10,584 ਸੀਗੇ, ਅੱਜ ਦੇ ਪਾ ਕੇ ਅਸੀਂ 10,400 ਉਹਨਾਂ ਡਿਸਟ੍ਰੀਬਿਊਟ ਕਰਤੇ। ਟੋਟਲ 125 ਸਾਰੇ ਰਹਿ ਗਏ ਨੇ, 1,428 ਫੋਨ ਜਿਹੜੇ ਕੋਈ ਨਵੇਂ ਬੱਚੇ ਦਾਖਲ ਹੋ ਗਏ ਸੀ ਪੰਜਾਬ ਦੇ ਅੰਦਰ, ਐਜੂਕੇਸ਼ਨ ਡਿਪਾਰਟਮੈਂਟ ਨੇ ਸਾਡੇ ਤੋਂ ਮੰਗੇ ਨੇ, ਹਫ਼ਤੇ 10 ਦਿਨ ਦੇ ਵਿੱਚ ਉਹ ਸਾਰੇ ਪ੍ਰੋਵਾਈਡ ਕਰ ਦਿੱਤੇ ਜਾਣਗੇ। ਜਿੰਨੇ ਵੀ ਸਰਕਾਰੀ ਸਕੂਲਾਂ ਦੇ ਪਲੱਸ ਟੂ ਦੇ ਬੱਚੇ ਨੇ ਹਰ ਇੱਕ ਨੂੰ ਸਮਾਰਟਫੋਨ ਤਕਰੀਬਨ ਮਿਲ ਚੁੱਕਾ ਹੈ। ਜਿਹੜੇ 1,428 ਰਹਿੰਦੇ ਨੇ ਉਹਨਾਂ ਨੂੰ ਵੀ ਹਫ਼ਤੇ ਦੇ ਅੰਦਰ ਅੰਦਰ ਅਸੀਂ ਦੇ ਦਾਂਗੇ। ਸਰ, ਇੰਡਸਟਰੀ ਡਿਪਾਰਟਮੈਂਟ ਵੱਲੋਂ ਇਹ ਜਿਹੜੇ ਸਾਰੇ ਮੋਬਾਈਲ ਫੋਨ ਉਪਲਬਧ ਕਰਵਾਏ ਗਏ, ਕਿੰਨਾ ਖਰਚਾ ਸੀਗਾ ਔਰ ਕਿੰਨਾ ਬਜਟ ਹੈ? ਨਹੀਂ, ਜੋ ਮੈਂ ਸੁਣ ਰਿਹਾ ਸੀ ਦੱਸਿਆ ਹੈ 88 ਕਰੋੜ ਰੁਪਈਆ ਜਿਹੜਾ ਹੈ ਇਹ ਫਾਈਨਾਂਸ ਡਿਪਾਰਟਮੈਂਟ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਜੀ ਨੇ ਸੀਐਮ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਆਦੇਸ਼ਾਂ ਮੁਤਾਬਕ ਦਿੱਤਾ, ਜਿਹੜਾ ਅਸੀਂ ਲਾਵਾ ਕੰਪਨੀ ਤੋਂ ਇਹ ਕੋਈ 1,75,000 ਫੋਨ ਜਿਹੜਾ ਖਰੀਦ ਕੇ ਬੱਚਿਆਂ ਨੂੰ ਪ੍ਰੋਵਾਈਡ ਕੀਤਾ। ਇੱਕ ਬੱਚਿਆਂ ਨੂੰ ਇਹ ਪਤਾ ਨਹੀਂ ਸੀ ਇਹ ਸਮਾਂ ਐਸਾ ਆਏਗਾ। ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਕਿ ਬਹੁਤ ਹੀ ਇਹਨਾਂ ਦੇ ਅੰਦਰ ਇਹ ਪੋਟੈਂਸ਼ੀਅਲ ਹੁੰਦੇ ਨੇ ਔਰ ਸਾਧਨਾਂ ਦੀ ਕਮੀ ਦੇ ਕਾਰਨ ਇਹ ਜਿਹੜੇ ਬੱਚੇ ਨੇ ਅੱਗੇ ਨਹੀਂ ਆ ਪਾਉਂਦੇ। ਇਹ ਮਾਨਯੋਗ ਮੁੱਖ ਮੰਤਰੀ ਦੀ ਬੜੀ ਦੂਰਦਰਸ਼ੀ ਸੋਚ ਸੀ, ਉਹਨੇ ਕਹਿ ਕੇ ਗਏ ਨੇ ਕਿ 3 ਸਾਲ ਪਹਿਲਾਂ ਅਸੀਂ ਇਹਦੇ ਬਾਰੇ ਘੋਸ਼ਣਾ ਕੀਤੀ ਸੀ ਅਤੇ ਅੱਜ ਹੀ ਬੜੇ ਕਾਰਗਰ ਸਾਬਤ ਹੋ ਰਹੇ ਨੇ ਮੋਬਾਈਲ। ਇਕੱਲਾ ਇਹ ਨਹੀਂ ਕਿ ਸਟੱਡੀ ਕਰ ਰਹੇ ਨੇ, ਇਹਨਾਂ ਨੂੰ ਜਿੰਨੀਆਂ ਵੀ ਗਵਰਨਮੈਂਟ ਦੀਆਂ ਸਕੀਮਾਂ ਆ ਰਹੀਆਂ ਨੇ, COVID-19 ਦੇ ਅੰਦਰ ਹੈਲਥ ਡਿਪਾਰਟਮੈਂਟ ਦੀਆਂ ਗਾਈਡਲਾਈਨ, ਇਹ ਸਾਰੀਆਂ ਮਾਨਯੋਗ ਮੁੱਖ ਮੰਤਰੀ ਜੀ ਦਾ ਸੰਦੇਸ਼, ਜਿੰਨੀਆਂ ਵੀ ਸਰਕਾਰੀ ਚੀਜ਼ਾਂ ਨੇ ਉਹ ਵੀ ਇਹ ਸੁਣਦੇ ਨੇ ਔਰ ਪ੍ਰਕੋਸ਼ਨ ਜਿਹੜੀ ਹੈ ਹੈਲਥ ਡਿਪਾਰਟਮੈਂਟ ਦੀ ਗਾਈਡਲਾਈਨ ਦੀ ਜੋ ਵੀ ਸੰਦੇਸ਼ ਆਉਂਦੇ ਨੇ ਇਸ ਫੋਨ ਰਾਹੀਂ ਸੁਣਦੇ ਨੇ ਅਤੇ ਆਪਣੇ ਪਰਿਵਾਰ ਨੂੰ ਉਹਦਾ ਬਚਾਅ ਕਰਦੇ ਨੇ। ਸਰ, ਜਿਹੜੇ ਬੱਚੇ ਪਲੱਸ 1 ਤੋਂ ਪ੍ਰਮੋਟ ਹੋ ਕੇ ਪਲੱਸ 2 ਚ ਜਾਣਗੇ ਕਿ ਉਹਨਾਂ ਨੂੰ ਵੀ ਇਹ ਮੋਬਾਈਲ ਫੋਨ ਜਿਹੜੇ ਡਿਸਟ੍ਰੀਬਿਊਟ ਕੀਤੇ ਜਾਣਗੇ? ਬਿਲਕੁਲ, ਸੀਐਮ ਸਾਹਿਬ ਨੇ ਹੁਣੇ ਅਨਾਊਂਸ ਕੀਤਾ ਉਹਨਾਂ ਨੂੰ ਵੀ ਪਲੱਸ 2 ਦੇ ਵਿੱਚ ਸਾਰੇ ਬੱਚਿਆਂ ਨੂੰ ਫੋਨ ਦੇ ਦਿੱਤੇ ਜਾਣਗੇ। ਠੀਕ ਹੈ ਸਰ। ਇੱਕ ਸਰ, ਜਿਹੜੇ ਬੱਚੇ ਤੁਹਾਨੂੰ ਸੁਣ ਰਹੇ ਨੇ ਉਹਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੁਸੀਂ ਕਿਹੜੇ ਸ਼ਬਦਾਂ 'ਚ ਦਿਓਗੇ? ਸਰ, ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ, ਪੰਜਾਬ ਵਾਸੀਆਂ ਨੂੰ, ਖਾਸ ਕਰਕੇ ਆਪਣੇ ਸਾਰੇ ਹੁਸ਼ਿਆਰਪੁਰ ਵਾਸੀਆਂ ਨੂੰ ਨਵੇਂ ਸਾਲ 'ਤੇ ਮੁਬਾਰਕਬਾਦ ਦਿੰਦਾ ਹਾਂ ਔਰ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਇਹੀ ਅਰਦਾਸ ਕਰਦਾ ਕਿ ਖੁਸ਼ੀਆਂ ਔਰ ਖੇੜਿਆ ਭਰਾ ਸਾਲ ਆਵੇ। ਆਹ ਸਾਲ ਅਸੀਂ ਬੜਾ ਮੁਸ਼ਕਲ 'ਚ ਕੱਟਿਆ ਔਰ ਇਹ ਸਾਲ ਜਿਹੜਾ ਇਹਨੂੰ ਅਸੀਂ ਵਿਦਾ ਕਰ ਰਹੇ ਹਾਂ ਅੱਜ ਅਤੇ ਇੱਕ ਨਵੇਂ ਅੱਛੇ ਸਾਲ ਦੀ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਕਾਮਨਾ ਕਰਦੇ ਹਾਂ ਕਿ ਖੁਸ਼ੀਆਂ ਭਰਿਆ ਸਾਲ ਆਵੇ, ਅਮਨ ਔਰ ਸ਼ਾਂਤੀ ਸਾਡੇ ਦੇਸ਼ ਦੇ ਅੰਦਰ ਬਣੀ ਰਹੇ, ਸਾਡੇ ਬੱਚੇ ਤੰਦਰੁਸਤ ਰਹਿਣ, ਪੰਜਾਬ ਜਿਹੜਾ ਖੁਸ਼ੀਆਂ ਮਾਣੇ। ਇੰਨੀਆਂ ਉਮੀਦਾਂ ਦੇ ਨਾਲ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ। ਹੁਸ਼ਿਆਰਪੁਰ ਤੋਂ ਸੁਖਵਿੰਦਰ ਕੁੰਨੀ ਦੀ ਰਿਪੋਰਟ। ਜੇਕਰ ਤੁਸੀਂ ਮਰਦਾਨਾ ਕਮਜ਼ੋਰੀ ਤੋਂ ਹੋ ਪਰੇਸ਼ਾਨ, ਜਿਵੇਂ ਨਸਾਂ ਦੀ ਕਮਜ਼ੋਰੀ, ਸੈਕਸ ਇੱਛਾ ਦੀ ਕਮੀ, ਬਚਪਨ 'ਚ ਕੀਤੀਆਂ ਗਲਤੀਆਂ, ਤਾਂਤ, ਸ਼ਿਕਰ ਪਤਨ, ਘੱਟ ਸ਼ੁਕਰਾਣੂ ਜਾਂ ਪਿਸ਼ਾਬ ਨਾਲ ਵਿਰਜ ਆਉਣਾ, ਤਾਂ ਹੁਣ ਘਬਰਾਉਣ ਦੀ ਨਹੀਂ ਲੋੜ। ਤੁਹਾਡੀ ਹਰ ਬਿਮਾਰੀ ਦਾ ਇਲਾਜ ਕਰਨਗੇ ਡਾਕਟਰ ਲਲਿਤ ਵਰਮਾ। ਹੁਣ ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਉਮਰ ਹੋਵੇ 25 ਜਾਂ 80 ਸਾਲ, ਡਰ ਡਰ ਨਾ ਭਟਕੋ, ਅਸੀਂ ਕਰਾਂਗੇ ਸਫਲ ਇਲਾਜ। ਅਨੇਕਾਂ ਡਾਕਟਰ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਮਰੀਜ਼ ਅੱਜ ਹੀ ਆਓ। ਤਾਕਤ, ਜੋਸ਼ ਅਤੇ ਜਵਾਨੀ ਲਈ ਆਖਰੀ ਉਮੀਦ, ਵਰਮਾ ਆਯੁਰਵੈਦਿਕ ਦਵਾਖਾਨਾ, ਨਾਈਆਂ ਵਾਲਾ ਚੌਂਕ, ਫਗਵਾੜਾ। ਹੁਣੇ ਫੋਨ ਕਰੋ 98144-6471, 98150-6471।